ਪੰਜਾਬੀ ਰੇਡੀਓ USA ਲੈ ਕੇ ਆਇਆ ਤਾਈ ਫਿਨੋ ਦੀਆਂ ਤੱਤੀਆਂ। ਜਦੋਂ ਤੱਤੀਆਂ ਸੁਣਾਈਆਂ ਨੀ ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ। ਬਈ ਮੈਂ ਤਾਂ ਸੱਚੀ ਗੱਲ ਕਰਦੀ ਆ, ਬੁਰੀ ਤਾਂ ਆਪੇ ਲੱਗ ਜਾਂਦੀ ਆ। ਜਦੋਂ ਤੱਤੀਆਂ ਸੁਣਾਈਆਂ ਨੀ ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ। ਹੁਣ ਤਾਂ ਮੈਂ ਪੁੱਛ ਪੁੱਛ ਕੇ ਵੀ ਥੱਕ ਗਈ। ਨਾ ਕੀ ਕੁੜੇ, ਸਵੇਰੇ ਰੌਲਾ ਕਾਹਦਾ ਪੈਂਦਾ ਸੀ? ਵੈਸੇ ਤਾਇਆ ਗਿਆ, ਮੁੜਿਆ ਤਾਂ ਨੀ ਹਾਲੇ ਤਾਈ? ਨਹੀਂ ਤੈਨੂੰ ਮੈਂ ਦੱਸਾਂ ਗੱਲ, ਤੂੰ ਕਾਹਦੇ ਰੱਖਦੀ ਆ ਸਾਡੇ ਘਰ ਵਾਲ ਕੰਨ? ਹੈ ਤਾਈਏ, ਤੁਹਾਡੇ ਘਰ ਕੰਨ ਰੱਖਣ ਦੀ ਲੋੜ ਕੀ ਹੈ? ਮਤਲਬ ਸੁਖਰ ਵਾਲ ਤੇਰੀ ਆਵਾਜ਼ ਸੁਣ ਕੇ ਤਾਂ ਕੰਨ ਬੰਦ ਕਰਨ ਦੀ ਲੋੜ ਪੈਂਦੀ ਹੈ। ਮੈਂ ਤਾਂ ਕਹਿੰਦੀ ਆ ਤੂੰ ਨਾ ਪਿੰਡ ਚ ਡਾਉਣੀ ਪਿੱਟਣੀ ਸ਼ੁਰੂ ਕਰ ਦੇ। ਨਹੀਂ ਤੂੰ ਕਰ ਲੈ ਟਿੱਚਣਾ, ਇਹ ਥੋੜਾ ਕਦੇ ਨੇ ਪੁੱਛਣਾ ਵੀ ਉਹ ਕਹਿ ਕੇ ਕੀ ਗਿਆ ਮੈਨੂੰ। ਓਹੋ, ਪੁੱਛੀ ਤਾਂ ਜਾਨੀ ਆ, ਦੱਸ ਤਾਂ ਸਹੀ ਹੋਇਆ ਕੀ ਸੀ? ਨਹੀਂ ਸਵੇਰੇ ਕਹਿੰਦਾ ਲਈ ਭਗਵਾਨੇ ਸਮਰਦ ਜਾ ਕੇ, ਹੁਣ ਮੈਨੂੰ ਪਤਾ ਲੱਗਿਆ ਵੀ ਦੋ ਤਰ੍ਹਾਂ ਦੀਆਂ ਘਰ ਵਾਲੀਆਂ ਹੁੰਦੀਆਂ। ਤਾਈ ਕਿਹੜੀਆਂ ਕਿਹੜੀਆਂ? ਕਹਿੰਦਾ ਵੀ ਪਹਿਲੀ ਤਾਂ ਉਹ ਹੁੰਦੀ ਆ ਜਿਹੜੀ ਆਪਣੇ ਘਰ ਵਾਲੇ ਦੀ ਗੱਲ ਸੁਣਦੀ ਆ, ਵੀ ਉਹਨੂੰ ਸਮਝਦੀ ਆ, ਬੜੇ ਪਿਆਰ ਨਾਲ ਗੱਲਬਾਤ ਕਰਦੀ ਆ, ਕਦੇ ਕੋਈ ਫਰਮਾਇਸ਼ ਨੀ ਕਰਦੀ। ਤੇ ਜਿੰਨਾ ਮਰਜ਼ੀ ਘਰ ਵਾਲਾ ਨਿਕੰਮਾ ਹੋਵੇ, ਜਿੰਨਾ ਮਰਜ਼ੀ ਗੁੱਸੇ ਚ ਬੋਲੀ ਜਾਵੇ, ਅੱਗੋਂ ਨਾ ਮੁਸਕਰਾਉਂਦੀ ਰਹਿੰਦੀ ਆ। ਹਾਏ ਸਦਕੇ ਜਾਵਾਂ। ਤੇ ਦੂਜੀ ਤਰ੍ਹਾਂ ਦੀ? ਕਹਿੰਦਾ ਤੇਰੇ ਵਰਗੀ। ਤਾਈਏ ਇਹਨੂੰ ਮੈਂ ਤੇਰੀ ਇੱਜ਼ਤ ਸਮਝਾਈਆਂ? ਨਹੀਂ ਬਸ ਇੱਛੇ ਗੱਲਾਂ ਹੱਡੀਆਂ ਤੱਤੀਆਂ ਕਰਾਈਆਂ ਨਾ, ਹੋਰ ਕੀ ਦੱਸ। ਤਾਈਏ ਵੈਸੇ ਤੂੰ ਨਾ ਬਹੁਤ ਖਿਜੀ ਰਹਿੰਦੀ ਸਾਰਾ ਦਿਨ, ਤੂੰ ਮੇਰੀ ਗੱਲ ਮੰਨ, ਤੂੰ ਵੀ ਯੋਗਾ ਕਰਿਆ ਕਰ। ਨੀ ਐ ਸੁਣ ਲੈ, ਹੋਰ ਕਿੰਨੇ ਇੱਕ ਕਰ ਲਵਾਂ, ਜਿਹੜਾ ਇੱਕ ਕੀਤਾ ਇਹੋ ਹੀ ਲਟੇ ਕਰ ਦਿੰਦਾ। ਤਾਈਏ ਮੈਂ ਯੋਗਾ ਦੀ ਗੱਲ ਕਰ ਰਹੀ, ਯੋਗਾ ਵਰਜਿਸ਼ ਨਾ ਉਹ ਕਾਤੋਂ ਖੁੱਲੇ ਹੈ। ਤਾਈਏ ਆ ਵੇਖ ਲਾ, ਆ ਫੋਟੋ ਵੇਖ ਜਰਾ, ਆ ਤੈਨੂੰ ਕੀ ਲੱਗਦਾ ਵੀ ਕਿੰਨੀ ਉਮਰ ਹੋਊ ਭਲਾ ਇਹਦੀ? ਨਹੀਂ ਇਹ ਤਾਂ ਬੁੜੀ ਐ ਲੱਗਦੀ ਆ ਜਿਹੜੀ ਕਹਾਵਤ ਬਣਾਉਂਦੇ ਹੁੰਦੇ ਕੁੜੇ ਵੀ, ਬੁੱਢੀ ਘੋੜੀ ਲਾ ਲਗਾਵਾਂ ਗੁੰਡਾ ਲਾਲ ਘੱਗਰਾ ਪਾਇਆ ਕੁੜੇ ਹੈ ਚਿੱਟਾ ਧੌਲਾ। ਕੋਈ ਮੈਨੂੰ ਤਾਂ ਘੱਟੋ ਘੱਟ 65-70 ਦੀ ਲੱਗਦੀ ਆ ਕੁੜੇ। ਤਾਈਏ 97 ਸਾਲਾਂ ਦੀ ਹੈ ਬੇਬੇ। ਹੈ ਨਾ 97 ਸਾਲਾਂ ਦੀ ਵੀ ਬਿਨਾ ਡਾਂਗ ਦੇ ਖੜੀ ਆ ਦੱਸ। ਇਹੀ ਤਾਂ ਮੈਂ ਤੈਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਪਈ ਆ। ਤਾਈਏ ਦੇਖ, ਇਹ ਕਹਿੰਦੀ ਵੀ ਮੈਂ ਪਿਛਲੇ 17 ਸਾਲਾਂ ਤੋਂ ਯੋਗਾ ਕਰਦੀ ਆ, 50 ਸਾਲ ਤਾਂ ਲੋਕਾਂ ਨੂੰ ਸਿਖਾਉਂਦੀ ਨੂੰ ਹੋ ਗਏ ਮੈਨੂੰ, ਤੇ ਕਹਿੰਦੀ ਕਿ ਉਹਦੇ ਕਰਕੇ ਹਾਲੇ ਵੀ ਮੈਨੂੰ ਐ ਲੱਗਦਾ ਵੀ ਜਿਵੇਂ ਮੈਂ 20 ਸਾਲਾਂ ਦੀ ਹੋਈ ਆ। ਬਈ ਕਮਾ ਲਿਆ ਕੁੜੇ, ਬਈ ਇਹਨਾਂ ਲੋਕਾਂ ਦੇ ਤਾਂ ਪੈਰ ਧੋ ਕੇ ਪੀਣ ਨੂੰ ਜੀ ਕਰਦਾ ਜਿਹੜੇ ਆਪਣਾ ਸਰੀਰ ਸਾਂਭਦੇ ਆ। ਨਾ ਸਾਡੇ ਵਾਲਿਆਂ ਦਾ ਦੇਖ ਲਾ ਕੁੜੇ, ਬਈ ਆਹ ਸਵੇਰੇ 9:30 ਖਾ ਕੇ ਰੋਟੀਆਂ ਚੱਲ ਚੁਗਲ, ਫਿਰ 11-12 ਚਾਹ ਜੀ ਪੀ ਕੇ ਫੇਰ ਬਹਿ ਜਾਣਗੀਆਂ, ਫੇਰ ਚੁਗਲ। ਉਧਰੋਂ ਸ਼ਾਮ ਦੀ ਕੋਈ ਰੋਟੀ ਭਾਜੀ ਬਣਾਉਣੀ ਹੁੰਦੀ ਆ, ਉਦੋਂ ਪਹਿਲਾਂ ਫੇਰ ਜੀ ਕਰਦਾ ਹੁੰਦਾ ਵੀ 10 ਮਿੰਟ ਲਾ ਲਈਏ ਕਾਹਦੇ ਤੇ ਚੁਗਲ ਤੇ। ਨਾ ਤਾਂ ਵਰਜਿਸ਼ ਉਹਦੇ ਸਵਾਦ ਹੀ ਹੋਣੀ ਆ, ਉਧਰੋਂ ਨੋ ਮਗਰੋਂ ਆਉਂਦੀ ਆ ਸੱਸ ਪਹਿਲਾਂ ਬਹਿ ਜਾਂਦੀ ਮੰਜੇ ਤੇ ਵੀ ਨਾ ਪਈ, ਹੁਣ ਤਾਂ ਨੋ ਰਾਣੀ ਮੈਨੂੰ ਮੰਜੇ ਤੇ ਪਾਣੀ ਫੜਾਵੇ ਮੇਰੀ ਸੇਵਾ ਕਰੇ। ਉਹਦੀ ਸੇਵਾ ਦੇ ਨਾਲ ਮੁੜ ਕੇ ਲੱਤਾਂ ਦਾ ਲੱਲਾ ਬਣ ਜਾਂਦਾ, ਫੇਰ ਭੌਲਦੀਆਂ ਹਾਏ ਹੁਣ ਤਾਂ ਉੱਠਿਆ ਨੀ ਜਾਂਦਾ। ਬਈ ਮੈਂ ਤਾਂ ਸੱਚੀ ਗੱਲ ਕਰਦੀ ਆ, ਬੁਰੀ ਤਾਂ ਆਪੇ ਲੱਗ ਜਾਂਦੀ ਆ। ਜਦੋਂ ਤੱਤੀਆਂ ਸੁਣਾਈਆਂ ਨੀ ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ।